ਪਹਿਲੀ ਨਜ਼ਰ ਇਹਨਾਂ ਤਸਵੀਰਾਂ ਨੂੰ ਦੇਖ ਸ਼ਾਇਦ ਤੁਸੀਂ ਵੀ ਭੁਲੇਖਾ ਖਾ ਗਏ ਹੋਵੋ ਕਿ ਭਲਾ ਕਿਸੇ ਟਾਪੂ ਨੂੰ ਦਿਖਾ ਰਹੇ ਨੇ, ਪਰ ਜਨਾਬ ਅਜਿਹਾ ਕੁਝ ਨਹੀਂ ਹੈ। ਨਾ ਤਾਂ ਇਹ ਕਿਸੇ ਟਾਪੂ ਦੀਆਂ ਤਸਵੀਰਾਂ ਨੇ ਤੇ ਨਾ ਹੀ ਕਿਸੇ ਦਰਿਆ ਦੀ ਵੀਡੀਓ। ਦਰਅਸਲ ਇਹ ਤਸਵੀਰਾਂ ਜ਼ਿਲ੍ਹਾ ਫਰੀਦਕੋਟ ਦੀਆਂ ਨੇ, ਜੋ ਕਿ ਹੁਣ ਮੀਂਹ ਪੈਣ ਤੋਂ ਬਾਅਦ ਟਾਪੂ ਦਾ ਰੂਪ ਧਾਰਨ ਕਰ ਚੁੱਕਿਆ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਮੌਨਸੂਨ ਦੇ ਮੀਂਹ ਕਾਰਨ ਪੂਰਾ ਸ਼ਹਿਰ ਜਲ ਥਲ ਹੋਇਆ ਏ। ਗਲੀਆਂ ਮੁਹੱਲਿਆਂ ਦੇ ਵਿੱਚ ਗੋਡੇ ਗੋਡੇ ਪਾਣੀ ਜਮ੍ਹਾਂ ਹੋਇਆ ਏ। ਇੰਨਾ ਹੀ ਨਹੀਂ, ਪਾਣੀ ਘਰਾਂ ਅਤੇ ਦੁਕਾਨਾਂ ਦੇ ਅੰਦਰ ਵੀ ਦਾਖਲ ਹੋ ਚੁੱਕਿਆ, ਜਿਸ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀ ਭਗਤ ਰਾਮ ਹੋਰਾਂ ਨੇ ਦੱਸਿਆ ਕਿ ਪਾਣੀ ਦੇ ਕਾਰਨ ਉਹਨਾਂ ਦੇ ਕੰਮ ਕਾਰ ਵੀ ਪ੍ਰਭਾਵਿਤ ਹੋਏ ਨੇ। ਅੱਜ ਕੀ ਨਾਮ ਹੈ ਔਰ ਕਿੱਥੇ ਖੜੇ ਹੋ, ਅੱਜ ਕੀ ਹਾਲਾਤ ਹੈ, ਮੀਂਹ ਪਿਆ? ਮੇਰਾ ਨਾਮ ਭਗਤ ਰਾਮ ਹੈ ਜੀ, ਨਹਿਰੂ ਸ਼ੋਪਿੰਗ ਸੈਂਟਰ ਹੈ, ਸਾਡਾ ਸੇਠੀ ਟੈਂਟ ਹਾਊਸ ਦਾ ਫਰਮ ਹੈ ਜੀ। ਇਹ ਬਜ਼ੁਰਗ ਆਪਣੇ ਪੋਤੇ ਨੂੰ ਲੈਣ ਆਏ ਸੀ ਸਕੂਲ ਦੇ ਵਿੱਚੋਂ ਜੀ, ਇਹਨਾਂ ਦਾ ਮੋਟਰਸਾਈਕਲ ਬੰਦ ਹੋ ਗਿਆ ਜੀ, ਦੁਕਾਨਾਂ ਸਾਡੇ ਨਾਲ ਹੀ ਮਿਸਤਰੀਆਂ ਦੀਆਂ ਦੁਕਾਨਾਂ ਸੀ ਜੀ, ਉਹ ਵੀ ਬੰਦ ਹੋ ਕੇ ਪਾਣੀ ਅੰਦਰ ਵੜਨ ਲੱਗ ਪਿਆ ਜੀ। ਅਸੀਂ ਦੁਕਾਨਾਂ ਬੰਦ ਕਰਕੇ ਘਰ ਨੂੰ ਜਾ ਰਹੇ ਹਾਂ। ਹੁਣ ਮੈਂ ਬਜ਼ੁਰਗਾਂ ਨੂੰ ਕਿਹਾ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਡਾ ਮੋਟਰਸਾਈਕਲ ਆਪਣੇ ਸਟੋਰ ਦੇ ਵਿੱਚ ਚਲਾ ਲੈਣਾ, ਤੁਹਾਡਾ ਕੋਈ ਅਰੇਂਜਮੈਂਟ ਕਰਕੇ ਤੁਸੀਂ ਪੋਤੇ ਨੂੰ ਲੈ ਕੇ ਘਰੇ ਚਲੇ ਜਾਓ। ਇਹ ਹੈ ਜੀ ਤਰੱਕੀ ਦੀਆਂ ਨਿਸ਼ਾਨੀਆਂ। ਫਰੀਦਕੋਟ ਵਾਸਤੇ ਤਾਂ ਨਰਕ ਹੀ ਰਹਿ ਗਿਆ, ਜਦੋਂ ਵੀ ਬਾਰਿਸ਼ਾਂ ਹੁੰਦੀਆਂ ਸਾਡਾ ਇੰਨਾ ਨੁਕਸਾਨ ਹੁੰਦਾ, ਇਹਦੇ ਨਾਲ ਸਾਡਾ ਹਰ ਇੱਕ ਬਿਜ਼ਨਸ, ਕੋਈ ਵੀ ਦੁਕਾਨਦਾਰ ਆ ਸਾਰਾ ਬਿਜ਼ਨਸ 'ਤੇ ਅਸਰ ਪੈਂਦਾ ਜੀ। ਸਾਰਿਆਂ ਨੇ ਮੁਲਾਜ਼ਮ ਰੱਖੇ, ਤਨਖਾਹਾਂ ਪੈ ਜਾਂਦੀਆਂ ਜੀ, ਕੰਮ ਹੁੰਦਾ। 15 ਅਗਸਤ ਸਰ ਸਾਡੇ ਕੋਲ ਹੀ ਪ੍ਰੋਗਰਾਮ ਹੈ ਜੀ, ਉਹ ਹੁਣ ਤਿਆਰੀ ਕੀਤੀ ਆ, ਪਾਈਪਾਂ ਲਾਈ ਬੈਠੇ ਹਾਂ, ਜਿਹੜਾ ਕਿ ਕੱਪੜਾ ਬੰਨਣਾ, ਕੁਰਸੀਆਂ ਮੇਜ਼ ਭੇਜਣੇ ਆ ਜੀ। ਹੁਣ ਇਹੋ ਜਿਹੇ ਪਾਣੀ ਦੇ ਵਿੱਚ ਵਹੀਕਲ ਲੱਭਣੇ ਵੀ ਔਖੇ ਹੋ ਜਾਂਦੇ, ਲੇਕਿਨ ਪਾਈਪਾਂ ਪਾਤੀਆਂ ਇੱਥੇ ਹੁਣ ਪਾਣੀ ਨਹੀਂ ਰੁਕਦਾ। ਇਹ ਜੀ ਉਹ ਕੋਈ ਨਹੀਂ, ਇਹ ਅੱਜ ਤੱਕ ਪਹਿਲਾਂ ਨਾਲੋਂ ਵੀ ਤੰਗ ਹੋ ਗਏ ਜੀ। ਪਹਿਲਾਂ ਪਾਈਪਾਂ ਨਹੀਂ ਸੀ ਪਾਈਆਂ, ਓਪਨ ਨਾਲ ਸੀ, ਪਾਣੀ ਨਿਕਲ ਜਾਂਦਾ ਸੀ ਜੀ। ਸਗੋਂ ਇਹ ਤਾਂ ਪਤਾ ਨਹੀਂ, ਹੁਣ ਅਸੀਂ ਇੱਕ ਵਾਰ ਇਹਨਾਂ ਨੂੰ ਕਿਹਾ ਵੀ ਇਹ ਵੀ ਸਾਨੂੰ ਇਹ ਲੱਗਦਾ ਪਾਈਪਾਂ ਅੱਗੋਂ ਬੰਦ ਨੇ, ਆ ਜਿਹੜੀ ਥਾਂ 'ਤੇ ਆਪਾਂ ਖੜੇ ਹਾਂ ਜੀ ਇਹ ਪੁਲੀ ਵੀ ਥੱਲੋਂ ਬੰਦ ਹੈ ਜੀ, ਕਹਿੰਦੇ ਥੱਲੋਂ ਦੀ ਪਾਈਪਾਂ ਕੱਢੀ। ਇਹ ਦੇਖੋ ਜੀ ਇੱਥੇ ਤੁਸੀਂ 180 ਦੁਕਾਨਾਂ ਹੈ ਜੀ, ਇਸ ਮਾਰਕੀਟ ਵਿੱਚ 180 ਦੁਕਾਨਾਂ ਜੀ, ਸਾਰੀਆਂ ਬੰਦ ਹੋ ਗਈਆਂ, ਸਾਰੀਆਂ ਬੰਦ ਹੋ ਗਿਆ। ਨਹੀਂ ਜੀ ਦੇਖੋ ਇਹ ਪਾਣੀ ਇੱਕ ਦੋ ਦਿਨ ਤਾਂ ਨਿਕਲਦਾ ਹੀ ਨਹੀਂ ਗਾ ਜੀ, ਖੇਤੀ ਨਿਕਲਦਾ ਹੀ ਨਹੀਂ ਗਾ, ਬੜਾ ਨੁਕਸਾਨ ਹੁੰਦਾ ਜੀ। ਸਾਡਾ ਸਮਾਨ ਜਦੋਂ ਅਸੀਂ ਆਵਾਂਗੇ, ਪਿਛਲੀ ਵਾਰ ਜਦੋਂ ਪਾਣੀ ਵੜਿਆ ਸੀ ਇਸੇ ਤਰ੍ਹਾਂ ਬਾਰਿਸ਼ਾਂ ਆਈਆਂ ਸੀ, ਮੇਰੀਆਂ 3 ਭੱਠੀਆਂ ਸਾੜੀਆਂ ਡੀਜ਼ਲ ਵਾਲੀਆਂ ਜੀ, ਮੇਰਾ 4500 ਰੁਪਇਆ ਲੱਗ ਗਿਆ ਬਾਈਂਡਿੰਗ ਕਰਾਉਣ 'ਤੇ, ਹੁਣ ਅੰਦਰ ਪਈਆਂ ਉਹ ਕੀ ਕਰਾਂਗੇ ਜੀ, ਪਾਣੀ ਅੰਦਰ ਹੀ ਵੜੀ ਜਾਏ, ਨਾਲ ਦੇ ਦੁਕਾਨਾਂ ਵੈਲਡਿੰਗ ਵਾਲੇ ਨੇ, ਦੂਜੇ ਦੇ ਮਕੈਨਿਕ ਨੇ, ਸਾਰਿਆਂ ਦੇ ਇਹੀ ਹਾਲ ਹੈ। ਭਗਤ ਰਾਮ ਹੋਰਾਂ ਨੇ ਦੱਸਿਆ ਕਿ ਸ਼ਹਿਰ 'ਚ ਸੀਵਰੇਜ ਵਾਲੀਆਂ ਪਾਈਪਾਂ ਅਤੇ ਪੁਲੀਆਂ ਬੰਦ ਪਈਆਂ ਨੇ, ਜਿਸ ਦੇ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਲਿਹਾਜ਼ਾ ਪਾਣੀ ਗਲੀਆਂ ਅਤੇ ਘਰਾਂ ਵਿੱਚ ਵੜ ਰਿਹਾ। ਸੋ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ। ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ।